ਅੱਜ ਆਪਾਂ ਗੱਲ ਕਰਦੇ ਹਾਂ ਫਸਲਾਂ ਦੀ ਕਟਾਈ ਲਈ ਤਿਆਰ ਕੀਤੇ ਗਏ ਹੈਂਡੀ ਰੀਪਰ ਦੀ। ਅੱਜ ਕੱਲ ਲੇਬਰ ਦੀ ਵੱਧ ਰਹੀ ਸਮੱਸਿਆ ਕਾਰਨ ਕਿਸਾਨਾਂ ਨੂੰ ਫਸਲਾਂ ਦੀ ਕਟਾਈ ਲਈ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਖਾਸ ਕਰਕੇ ਪਸ਼ੂਆਂ ਦੇ ਚਾਰੇ ਦੀ ਕਟਾਈ ਲਈ ਵੱਡੀ ਮੁਸ਼ਕਲ ਹੁੰਦੀ ਹੈ। ਇਸ ਮੁਸ਼ਕਲ ਦੇ ਹੱਲ ਲਈ ਸੀਫਟੈਕ ਕੰਪਨੀ ਵੱਲੋਂ ਹੈਂਡੀ ਰੀਪਰ ਤਿਆਰ ਕੀਤਾ ਗਿਆ ਹੈ, ਜੋ ਕਿਸਾਨਾਂ ਲਈ ਬਹੁਤ ਹੀ ਲਾਹੇਵੰਦ ਸਾਬਤ ਹੋ ਰਿਹਾ ਹੈ। ਜਾਪਾਨੀ ਤਕਨੀਕ ਨਾਲ ਤਿਆਰ ਕੀਤੇ ਗਏ ਇਸ ਹੈਂਡੀ ਰੀਪਰ ਵਿੱਚ 43 ਸੀਸੀ ਪੈਟਰੋਲ ਇੰਜਨ ਫਿੱਟ ਕੀਤਾ ਗਿਆ ਹੈ। ਇਸ ਦਾ ਭਾਰ ਵੀ ਕੇਵਲ 9-10 ਕਿਲੋ ਹੀ ਹੁੰਦਾ ਹੈ ਅਤੇ ਇਸ ਹੈਂਡੀ ਰੀਪਰ ਨਾਲ ਲੱਗੀ ਹੋਈ ਇੱਕ ਬੈਲਟ ਨਾਲ ਇਹ ਹੈਂਡੀ ਰੀਪਰ ਆਸਾਨੀ ਨਾਲ ਕਿਸਾਨ ਦੇ ਮੋਢੇ 'ਤੇ ਲਟਕ ਜਾਂਦਾ ਹੈ। ਇਸ ਹੈਂਡੀ ਰੀਪਰ ਵਿੱਚ ਸਕੂਟਰ ਵਾਂਗ 2 ਸੀਸੀ ਇੰਜਨ ਫਿੱਟ ਕੀਤਾ ਹੋਇਆ ਹੈ ਅਤੇ ਸਕੂਟਰ ਵਾਂਗ ਹੀ ਕਾਰਬੋਰੇਟਰ ਅਤੇ ਪਲੱਗ ਲੱਗਾ ਹੋਇਆ ਹੈ। ਕਿਸਾਨ ਆਪਣੇ ਮੋਢੇ ਵਿੱਚ ਹੈਂਡੀ ਰੀਪਰ ਲਟਕਾ ਕੇ ਆਸਾਨੀ ਨਾਲ ਕਟਾਈ ਕਰ ਸਕਦਾ ਹੈ ਅਤੇ ਕਟਾਈ ਕਰਕੇ ਫਸਲ ਦੀ ਇੱਕ ਪਾਸੇ ਢੇਰੀ ਲਗਾਈ ਜਾਂਦੀ ਹੈ। ਇਸ ਹੈਂਡੀ ਰੀਪਰ ਨਾਲ ਫਸਲ ਦੀ ਕਟਾਈ ਇੰਨੀ ਤੇਜ਼ੀ ਨਾਲ ਕੀਤੀ ਜਾ ਸਕਦੀ ਹੈ ਕਿ 1 ਘੰਟੇ ਵਿੱਚ 1 ਕਨਾਲ ਫਸਲ ਦੀ ਕਟਾਈ ਕੀਤੀ ਜਾ ਸਕਦੀ ਹੈ। 1 ਘੰਟੇ ਵਿੱਚ ਪੈਟਰੋਲ ਵੀ ਕੇਵਲ 0.5 ਲੀਟਰ ਹੀ ਖਪਤ ਹੁੰਦਾ ਹੈ। ਇਸ ਤਰ੍ਹਾਂ 1 ਘੰਟੇ ਵਿੱਚ 0.5 ਲੀਟਰ ਪੈਟਰੋਲ ਨਾਲ 1 ਕਨਾਲ ਫਸਲ ਜਾਂ ਚਾਰੇ ਦੀ ਕਟਾਈ ਕੀਤੀ ਜਾ ਸਕਦੀ ਹੈ। ਫਰੀਦਕੋਟ ਵਿਖੇ ਖੇਤੀ ਸੇਵਾ ਸਦਨ ਤੋਂ ਮਿਲਦੇ ਹੈਂਡੀ ਰੀਪਰ ਨਾਲ ਬਰਸੀਮ, ਚਟਾਲਾ, ਕਣਕ, ਝੋਨਾ, ਚਰੀ, ਬਾਜਰਾ, ਗਵਾਰਾ ਆਦਿ ਹਰ ਤਰ੍ਹਾਂ ਦੀ ਫਸਲ ਦੀ ਕਟਾਈ ਕੀਤੀ ਜਾ ਸਕਦੀ ਹੈ। ਕਿਸਾਨ ਹੈਂਡੀ ਰੀਪਰ ਨਾਲ ਜਿੰਨੀ ਵੀ ਮਰਜ਼ੀ ਉੱਚੀ ਜਾਂ ਨੀਵੀਂ ਕਟਾਈ ਕਰ ਸਕਦਾ ਹੈ। ਇਸ ਹੈਂਡੀ ਰੀਪਰ ਨਾਲ ਕਿਸਾਨ ਖਾਲ ਖਾਲਣ ਅਤੇ ਵੱਟਾਂ ਕੱਢਣ ਦਾ ਕੰਮ ਵੀ ਬਹੁਤ ਆਸਾਨੀ ਨਾਲ ਕਰ ਸਕਦੇ ਨੇ। ਇਸੇ ਤਰ੍ਹਾਂ ਇਸ ਹੈਂਡੀ ਰੀਪਰ ਨਾਲ ਝਾੜ ਬੂਝੇ ਵੀ ਆਸਾਨੀ ਨਾਲ ਕੱਟੇ ਜਾ ਸਕਦੇ ਨੇ। ਸੀਫਟੈਕ ਅਤੇ ਜੱਟ ਕੱਟ ਹੈਂਡੀ ਰੀਪਰ ਨਾਲ ਉਜਾੜ ਵਿੱਚ ਖੜ੍ਹੇ ਵੱਡੇ ਵੱਡੇ ਝਾੜ ਬੂਝੇ ਵੀ ਆਸਾਨੀ ਨਾਲ ਕੱਟੇ ਜਾ ਸਕਦੇ ਨੇ ਅਤੇ ਇੱਕ ਆਦਮੀ ਥੋੜ੍ਹੇ ਸਮੇਂ ਵਿੱਚ ਹੀ ਸਾਰੇ ਝਾੜ ਬੂਝੇ ਸਾਫ਼ ਕਰ ਸਕਦਾ ਹੈ। ਇਸ ਹੈਂਡੀ ਰੀਪਰ ਨਾਲ ਪਾਰਕਾਂ ਆਦਿ ਦੀ ਸਫਾਈ ਵੀ ਕੀਤੀ ਜਾ ਸਕਦੀ ਹੈ ਅਤੇ ਪਾਰਕਾਂ ਵਿੱਚੋਂ ਘਾਹ ਆਦਿ ਦੀ ਕਟਾਈ ਕਰਕੇ ਪਾਰਕ ਦੀ ਵਧੀਆ ਡਿਜ਼ਾਈਨਿੰਗ ਵੀ ਕੀਤੀ ਜਾ ਸਕਦੀ ਹੈ। ਫੈਕਟਰੀਆਂ, ਸਕੂਲਾਂ, ਕਾਲਜਾਂ, ਮੈਰਿਜ ਪੈਲਸਾਂ ਅਤੇ ਹੋਰ ਪਾਰਕਾਂ ਵਿੱਚ ਵੀ ਘਾਹ ਦੀ ਕਟਾਈ ਦਾ ਕੰਮ ਬਹੁਤ ਹੀ ਘੱਟ ਖਰਚ ਨਾਲ ਅਤੇ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਸੀਫਟੈਕ ਹੈਂਡੀ ਰੀਪਰ ਨਾਲ ਫਸਲਾਂ, ਝਾੜ ਬੂਝਿਆਂ ਤੋਂ ਇਲਾਵਾ ਦਰੱਖਤਾਂ ਦੀ ਕਟਾਈ ਦਾ ਕੰਮ ਵੀ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਸੀਫਟੈਕ ਹੈਂਡੀ ਰੀਪਰ ਦੀ ਵਧੀਆ ਜਾਪਾਨੀ ਤਕਨੀਕ ਨੂੰ ਦੇਖ ਕੇ ਕੁਝ ਕੰਪਨੀਆਂ ਵੱਲੋਂ ਸਸਤੇ ਅਤੇ ਘਟੀਆ ਕਿਸਮ ਦੇ ਹੈਂਡੀ ਰੀਪਰ ਤਿਆਰ ਕਰਕੇ ਵੀ ਮਾਰਕੀਟ ਵਿੱਚ ਵੇਚੇ ਜਾ ਰਹੇ ਨੇ। ਕਿਸਾਨਾਂ ਨੂੰ ਸਸਤੇ ਹੈਂਡੀ ਰੀਪਰ ਦਾ ਲਾਲਚ ਦੇ ਕੇ ਬਹੁਤ ਹੀ ਘਟੀਆ ਮਿਆਰ ਦੇ ਹੈਂਡੀ ਰੀਪਰ ਵੀ ਵੇਚੇ ਜਾ ਰਹੇ ਨੇ। ਇਸ ਲਈ ਕਿਸਾਨਾਂ ਨੂੰ ਹੈਂਡੀ ਰੀਪਰ ਖਰੀਦਣ ਵੇਲੇ ਸੀਫਟੈਕ ਜਾਂ ਜੱਟ ਕੱਟ ਦਾ ਮਾਰਕਾ ਦੇਖ ਕੇ ਹੀ ਹੈਂਡੀ ਰੀਪਰ ਖਰੀਦਣਾ ਚਾਹੀਦਾ ਹੈ। ਘਟੀਆ ਅਤੇ ਸਸਤਾ ਹੈਂਡੀ ਰੀਪਰ ਕੁਝ ਦਿਨ ਚੱਲ ਕੇ ਖਰਾਬ ਹੋ ਜਾਂਦਾ ਹੈ ਅਤੇ ਇਸ ਦੀ ਕੋਈ ਵਾਰੰਟੀ ਵੀ ਨਹੀਂ ਹੁੰਦੀ, ਜਦਕਿ ਸੀਫਟੈਕ ਕੰਪਨੀ ਵੱਲੋਂ ਹੈਂਡੀ ਰੀਪਰ ਦੀ ਫੁੱਲ ਵਾਰੰਟੀ ਦਿੱਤੀ ਜਾਂਦੀ ਹੈ। ਫਰੀਦਕੋਟ ਵਿਖੇ ਖੇਤੀ ਸੇਵਾ ਸਦਨ ਤੋਂ ਇਲਾਵਾ ਚੰਡੀਗੜ੍ਹ ਵਿਖੇ ਵੀ ਇਹ ਹੈਂਡੀ ਰੀਪਰ ਖਰੀਦੇ ਜਾ ਸਕਦੇ ਨੇ। ਸੀਫਟੈਕ ਕੰਪਨੀ ਵੱਲੋਂ ਇਸ ਹੈਂਡੀ ਰੀਪਰ ਦੀ ਕੀਮਤ 18,000, 20,000 ਅਤੇ 22,000 ਰੁਪਏ ਰੱਖੀ ਗਈ ਹੈ, ਜਦਕਿ ਜੱਟ ਕੱਟ ਕੰਪਨੀ ਵੱਲੋਂ ਹੈਂਡੀ ਰੀਪਰ ਦੀ ਕੀਮਤ 15,000 ਰੁਪਏ ਰੱਖੀ ਗਈ ਹੈ। ਚਾਈਨਾ ਮੇਡ ਹੈਂਡੀ ਰੀਪਰ ਵੀ ਬਾਜ਼ਾਰ ਵਿੱਚ ਸਸਤੇ ਭਾਅ ਮਿਲ ਜਾਂਦੇ ਨੇ। ਇਸ ਤਰ੍ਹਾਂ ਇਹ ਹੈਂਡੀ ਰੀਪਰ ਜਿੱਥੇ ਕਿਸਾਨਾਂ ਦੇ ਸਮੇਂ ਦੀ ਬੱਚਤ ਕਰਦਾ ਹੈ, ਉੱਥੇ ਕਿਸਾਨਾਂ ਦੇ ਬਹੁਤ ਸਾਰੇ ਕਟਾਈ ਦੇ ਕੰਮ ਆਸਾਨੀ ਨਾਲ ਕਰਕੇ ਕਿਸਾਨਾਂ ਨੂੰ ਘੱਟ ਖਰਚ ਵਿੱਚ ਵੱਧ ਮੁਨਾਫਾ ਵੀ ਦਿੰਦਾ ਹੈ।